ਸਾਡਾ ਮੁੰਡਾ ਕਤਲ ਕਰ ਦਿੱਤਾ, ਹੁਣ ਸਾਨੂੰ ਇਹ ਜੀਣ ਨਹੀਂ ਦਿੰਦੇ, ਭੋਗ ਤੇ ਉੱਥੇ ਚਾਰਜ ਫਿਰੇ ਪੁਲਿਸ ਲਾਈ ਆ। ਮੇਰੇ ਪਰਿਵਾਰ ਨਾਲ ਅਤੇ ਹੋਰ ਕੋਈ ਜਿਹੜੇ ਬੱਚਿਆਂ ਨਾਲ ਛੋਟੇ ਬੱਚੇ ਨਾਲ ਪੜ੍ਹਦੇ ਪੁੱਢਦੇ ਰਹੇ ਆ, ਉਹ ਕੋਈ ਦਵਾਈ ਲਿਆਉਂਦਾ, ਕਿਸੇ ਨੂੰ ਕੁਛ ਮੰਗਾਉਂਦੇ ਆ, ਇਹ ਉਹਨਾਂ ਨੂੰ ਵੀ ਗਾਉਂਦੇ ਧਮਕਾਉਂਦੇ ਆ। ਇਸ ਕਰਕੇ ਮੈਂ ਤੁਹਾਡੇ ਰਾਹੀਂ ਇਹਨਾਂ ਨੂੰ ਦੱਸਦਾ ਵੀ ਜਿਹੜੇ ਮੁੰਡੇ ਚੱਕਣੇ ਜੋ ਤੋਂ ਤੁਹਾਨੂੰ ਇੰਨੀ ਲਾਉਣ ਦੀ ਚੱਕਣ ਦੀ ਲੋੜ ਹੀ ਨਹੀਂ। ਜਿਹੜੇ ਮੇਰੇ ਘਰ ਜਾਂ ਸੰਪਰਕ ਜੇ ਮੈਨੂੰ ਦੱਸ ਦਿਓ, ਲਿਸਟ ਬਣਾ ਕੇ ਦੇ ਦਿਓ, ਮੈਂ ਮੁੰਡੇ ਉੱਥੇ ਲੈ ਆਉਣਾ ਤੁਹਾਡੇ ਜਿੱਥੇ ਵੀ ਆ, ਜਿਹੜੀ ਉਹਨਾਂ ਨੂੰ ਗੋਲੀ ਮਾਰਨੀ ਹੈ ਮਾਰ ਦਿਓ। ਹੁਣ ਇਲੈਕਸ਼ਨਾਂ ਨੇੜੇ ਨੇ, ਹੁਣ ਇਹਨਾਂ ਇਹ ਹੀ ਪਲੈਨ ਬਣਾਇਆ ਵੀ ਚਲੋ ਇਹਨੂੰ ਜੈਪਾਲ ਨੂੰ ਮਾਰ ਦਿਓ, ਕੇਸ ਪਾ ਪਾ ਕੇ ਐਡਾ ਵੱਡਾ ਗੈਂਗਸਟਰ ਕੀਤਾ ਸੀ, ਸਾਰੇ ਸ਼ਹਿਰ ਨੂੰ ਪੁੱਛ ਲਓ ਵੀ ਕਿੱਡਾ ਕੋਈ ਬਦਮਾਸ਼ ਸੀ ਅਤੇ ਕਿਹੜਾ ਗੈਂਗਸਟਰ ਸੀ, ਇਹਨਾਂ ਕੋਈ ਜਾਨ ਬਚਾ ਕੇ ਲੁਕਿਆ ਸੀ। ਫਿਰ ਇਹਨਾਂ ਨੇ ਭੋਗ ਤੋਂ ਪਹਿਲਾਂ ਇੱਥੇ ਮੇਰੇ ਘਰ ਲੋਕ ਕਹਿੰਦੇ ਰਹੇ, ਮੁਲਾਜ਼ਮ ਆਣ ਕੇ ਕਹਿੰਦੇ ਰਹੇ ਕਿ ਅਫਸਰਾਂ ਦਾ ਹੁਕਮ ਆ ਵੀ ਭੋਗ 'ਤੇ ਜਿਹੜੇ ਮੁੰਡੇ ਆਏ ਉਹ ਚੱਕਣੇ ਆ ਅਤੇ ਭੋਗ ਤੋਂ ਬਾਅਦ ਸਾਰੇ ਮੁੰਡੇ ਚੱਕ ਲੈਣੇ ਆ ਜਿਹੜੇ ਵੀ ਜੈਪਾਲ ਦੇ ਰਿਲੇਸ਼ਨ 'ਚ। ਜੈਪਾਲ ਤਾਂ ਮਰ ਗਿਆ, ਪਹਿਲਾਂ ਵੀ ਇਹਨਾਂ ਤੋਂ ਡਰਦਾ ਲੁਕਿਆ ਸੀ, ਕਿਤੇ ਰਹਿੰਦਾ ਸੀ, ਅਤੇ ਮੈਨੂੰ ਦੱਸ ਦੇਣ ਘਰਾਂ ਤੋਂ ਜੀ ਮੁੰਡੇ ਚੁੱਕਣੇ ਆ, ਅਤੇ ਮੈਨੂੰ ਦੱਸ ਦੇਣ, ਮੈਂ ਸਾਰੇ ਮੁੰਡੇ ਜਿਹੜੇ ਕਹਿੰਦੇ ਆ ਸਾਡੇ ਘਰ ਆਉਂਦੇ ਆ, ਅਤੇ ਮੈਂ ਲੈ ਕੇ ਉੱਥੇ ਇਹਨਾਂ ਕੋਲ ਚਲੇ ਜਾਂਦਾ। ਜੀ ਆ ਵੀ ਅੱਜ ਗੁਰੂ ਆਪਣਾ ਅਖੰਡ ਪਾਠ ਦਾ ਭੋਗ ਸੀ, ਰਾਮ ਲਾਲ ਜੀ ਦਾ ਗੁਰਦੁਆਰਾ ਸਾਡੇ ਮੁਹੱਲੇ 'ਚ ਉੱਥੇ ਰੱਖਿਆ, ਅਤੇ ਪੁਲਿਸ ਨੇ ਚਾਰਜ ਫੇਰੇ ਗੁਰਦੁਆਰੇ ਦੇ ਗੱਡੀਆਂ ਖੜੀਆਂ ਕੀਤੀਆਂ ਸੜਕ ਦੇ ਬੂਹੇ ਦੇ ਅੱਗੇ ਤੋਂ ਹੀ ਬੰਨੀ, ਅਤੇ ਭਾਰੀ ਤਾਦਾਦ 'ਚ ਚਿੱਟੇ ਕੱਪੜਿਆਂ 'ਚ ਅਤੇ ਹੋਰ ਪੁਲਿਸ ਖੜ੍ਹੀ ਹੈ। ਅਤੇ ਮੈਨੂੰ ਦੇਖ ਕੇ ਬੜਾ ਦੁੱਖ ਹੋਇਆ ਵੀ ਮੇਰਾ ਪੁੱਤ ਮਰਿਆ, ਮਤਲਬ ਮੈਨੂੰ ਪਤਾ ਕਤਲ ਕੀਤਾ, ਅਤੇ ਮੈਂ ਉਹ ਗੁਰਦੁਆਰੇ ਜੇ ਉਹਦੀ ਰਸਮ ਕਰਨ ਲਈ ਲੋਕ ਆਉਂਦੇ ਆ ਅਤੇ ਉਹਨਾਂ ਨੂੰ ਡਰਾਉਣ ਧਮਕਾਉਣ ਲਈ ਇੰਨੀ ਤਾਦਾਦ 'ਚ ਉੱਥੇ ਪੁਲਿਸ ਲਾ ਦਿੰਦੇ ਆ, ਉਹਦੇ ਨਾਲ ਮਾਰ ਦਿੱਤਾ। ਹੁਣ ਦੱਸੋ ਵੀ ਜੇ ਇਹਨਾਂ ਪੁਲਿਸ ਲਾਈ ਆ ਤਾਂ ਕਿੰਨੇ ਕੁ ਇਹਨਾਂ ਅੱਤਵਾਦੀ ਫੜੇ, ਕਿੰਨੇ ਕੁ ਗੈਂਗਸਟਰ ਫੜੇ, ਜਾਂ ਕੀ ਕੀਤਾ? ਜੇ ਮੇਰੇ ਘਰ ਆ ਤਾਂ ਮੇਰੇ ਇੰਨੇ ਦਿਨ ਘਰ ਦੇ ਦੁਆਲੇ ਚਿੱਟੇ ਕੱਪੜਿਆਂ 'ਚ ਵਰਦੀ 'ਚ ਚਾਰ ਚੁਫੇਰੇ ਪੁਲਿਸ ਲਾ ਕੇ ਹਰ ਤਰ੍ਹਾਂ ਲੋਕਾਂ ਨੂੰ ਡਰਾਇਆ ਧਮਕਾਇਆ। ਫਿਰ ਇਹਨਾਂ ਨੇ ਭੋਗ ਤੋਂ ਪਹਿਲਾਂ ਇੱਥੇ ਮੇਰੇ ਘਰ ਲੋਕ ਕਹਿੰਦੇ ਰਹੇ, ਮੁਲਾਜ਼ਮ ਆਣ ਕੇ ਕਹਿੰਦੇ ਰਹੇ ਵੀ ਅਫਸਰਾਂ ਦਾ ਹੁਕਮ ਆ ਵੀ ਭੋਗ 'ਤੇ ਜਿਹੜੇ ਮੁੰਡੇ ਆਏ ਉਹ ਚੱਕਣੇ ਆ, ਅਤੇ ਭੋਗ ਤੋਂ ਬਾਅਦ ਸਾਰੇ ਮੁੰਡੇ ਚੱਕ ਲੈਣੇ ਆ ਜਿਹੜੇ ਵੀ ਜੈਪਾਲ ਦੇ ਰਿਲੇਸ਼ਨ 'ਚ ਆ। ਜੈਪਾਲ ਤਾਂ ਮਰ ਗਿਆ, ਪਹਿਲਾਂ ਵੀ ਇਹਨਾਂ ਤੋਂ ਡਰਦਾ ਲੁਕਿਆ ਸੀ, ਕਿਤੇ ਰਹਿੰਦਾ ਸੀ, ਅਤੇ ਮੈਨੂੰ ਦੱਸ ਦੇਣ ਘਰਾਂ ਤੋਂ ਜੀ ਮੁੰਡੇ ਚੁੱਕਣੇ ਆ, ਅਤੇ ਮੈਨੂੰ ਦੱਸ ਦੇਣ, ਮੈਂ ਸਾਰੇ ਮੁੰਡੇ ਜਿਹੜੇ ਕਹਿੰਦੇ ਆ ਸਾਡੇ ਘਰ ਆਉਂਦੇ ਆ, ਅਤੇ ਮੈਂ ਲੈ ਕੇ ਉੱਥੇ ਇਹਨਾਂ ਕੋਲ ਚਲੇ ਜਾਂਦਾ। ਅਤੇ ਇਹ ਬਿਲਕੁਲ ਇਹ ਧੱਕੇਸ਼ਾਹੀ ਕਰ ਰਹੇ ਆ। ਇੱਕ ਹੋਰ ਗੱਲ, ਇਹਨਾਂ ਨੇ ਪਿੱਛੇ ਮੀਡੀਆ 'ਚ ਚਲਾਈ ਵੀ 60 ਕਿੱਲੇ ਪੈਲੀ ਅਜਨਾਲੇ ਦੇ ਵਿੱਚ 60 ਕਿੱਲੇ ਪੈਲੀ ਕਿਸੇ ਦੇ ਨਾਂ 'ਤੇ ਲਈ ਹੈ ਜੈਪਾਲ ਨੇ, ਅਤੇ ਇੱਕ ਫੈਕਟਰੀ ਆ ਸ਼ਰਾਬ ਦੀ, ਮੈਂ ਉਹ ਆਪ ਉਹ ਖਬਰ ਵਿੱਚ ਵੇਖੀ, ਆਪਣੇ ਬੰਦਿਆਂ ਕੋਲ ਇਹਨਾਂ ਲਵਾਈ, ਪੁਲਿਸ ਨੇ ਲਵਾਈ। ਮੇਰੀ ਆਪਣੀ 5.5 ਕਿੱਲੇ ਪੈਲੀ ਸੀ, ਉਹ ਮੈਂ ਵੇਚੀ, ਉੱਥੇ 2 ਕਿੱਲੇ ਇੱਕ ਪਿੰਡ ਮੈਂ ਪੈਲੀ ਲਈ ਆ, ਅਤੇ ਉਹ ਮੈਂ ਆਪਣੇ ਪੈਸਿਆਂ ਦੀ ਲਈ ਹੈ, ਮੈਂ ਆਪਣੀ ਪ੍ਰਾਪਰਟੀ ਵੇਚੀ, ਇੱਥੋਂ ਵੇਚੀ, ਫਿਰ 5.5 ਕਿੱਲੇ ਮੈਂ ਪੈਲੀ, ਮੇਰੀ ਤਾਂ ਪੈਲੀ 5.5 ਕਿੱਲਿਆਂ 'ਚੋਂ 2 ਕਿੱਲੇ ਹੋ ਗਈ। ਅਸੀਂ ਦੋਵੇਂ ਭਰਾ ਮਿਹਨਤ ਕਰਨ ਵਾਲੇ ਸਾਂ, ਦਿਨੇ ਰਾਤ ਕੰਮ ਕਰਨ ਵਾਲੇ ਸਾਂ, ਮੇਰੇ ਭਰਾ ਨੇ ਟਰੱਕ ਰੱਖੇ ਸੀ, ਅਸੀਂ ਟਰੱਕ ਚਲਾਉਂਦੇ ਸਾਂ। ਕਿਸੇ ਵੇਲੇ ਮੈਂ ਖੁਦ ਇੱਕ ਪੁਲਿਸ 'ਚ ਹੋ ਕੇ ਜੇ ਮੈਂ ਛੁੱਟੀ ਛੱਟੀ 'ਤੇ ਹੁੰਦਾ ਤਾਂ ਮੈਂ ਆਪ ਟਰੱਕ ਲੈ ਕੇ ਨਾਲ ਉਹਦੇ ਚਲਾ ਜਾਂਦਾ ਸਾਂ, ਅਤੇ ਉੱਥੇ ਇਸ ਕਰਕੇ ਨਹੀਂ ਜਾਂਦਾ ਵੀ ਅਸੀਂ ਪੋਸਟ ਲੱਦ ਕੇ ਲਿਆਉਂਦੇ ਹਾਂ ਮਿਹਨਤ ਕਰਨ ਲਈ। ਮੈਂ ਇੱਕ ਨਾ 2 ਮਹੀਨੇ 'ਤੇ ਛੁੱਟੀ, ਮੈਂ ਵੀ ਟਰੱਕ ਚਲਾਉਂਦਾ ਰਿਹਾ ਵੀ ਚਲੋ ਮਿਹਨਤ 'ਚ ਕੀ ਹੈਗਾ। ਅਤੇ ਉਹ 2 ਕਿੱਲੇ ਜ਼ਮੀਨ ਉਹਦੀ 60 ਕਿੱਲੇ ਬਣਾ ਦਿੱਤੀ ਗਈ। ਦੂਜਾ, ਜੇ ਕੋਈ ਬੱਚੇ ਬਿਮਾਰ ਆ, ਆਪ ਉਹ ਤੁਰਨ ਜੋਗੇ ਵੀ ਨਹੀਂ, ਐਕਸੀਡੈਂਟ ਦਾ ਚੂਲਾ ਵੀ ਮੇਰਾ ਬਦਲਿਆ, ਮੇਰੇ ਕੋਲ 20 ਮਿੰਟ ਤੋਂ ਬਾਅਦ ਬੈਠਾ ਨਹੀਂ ਜਾਂਦਾ ਇੱਥੇ ਗੱਦੇ 'ਤੇ, ਤੁਹਾਨੂੰ ਮੈਂ ਜਾਂ ਪਿਆ ਹੁੰਦਾ ਜੇ ਬਹਿਨਾ ਤਾਂ ਮੇਰੇ ਇੱਥੇ ਦਰਦ ਉਦੋਂ ਹੀ ਸ਼ੁਰੂ ਹੋ ਜਾਂਦੀ, 15-20 ਮਿੰਟ ਉੱਥੇ ਵੀ ਮੈਂ ਲੰਮਾ ਪਿਆ ਬੈਠਾ ਹੀ ਸਾਂ ਗੁਰਦੁਆਰੇ। ਮੈਨੂੰ
कोई राह नहीं लभदा भी किधर जावां, इक ते साडा मुंडा मारता ते इह की इहो ही चाहुंदे ने भी मैं जाके इन्हां अगे हत्थ खड़े करके ते लिख के दे दियां भी तुसीं बड़ा चंगा कीता जी ते जो कीता, ते मैनूं नहीं लगदा भी इह मैं भी वोटां इस सरकार नूं पाईआं ने। एक एक वोट नाल सरकार बनदी आ, किसी बंदे दियां भी 100 जां 500 वोटां नहीं हुंदियां, इन्हां दी भी एक एक आ ते मेरी भी एक आ, असीं भी इस सरकार नूं वोटां पाईआं। हुण किधर जाइए जे सानू नहीं साढ़े कित्या क्यों कहिंदा सानू दसदे भी अं कि होर देश नंगा दे दे निकल जाने कि दिहाड़ी धप्पा करके जिहड़ी जिंदगी कट लैने, साडा मुंडा कतल कर दिता, हुण सानू ये जीण नहीं देंदे, भोगते उत्थे चार चपेरे पुलिस लाई आ, दसो की मोटिव आ इन्नी बेइज्जती। लोग रिश्तेदार होर वेख के आम जनता जिहड़ी है इहो ही प्रभाव देण लई भी इह जिहड़ा सारा परिवार आ इह बड़ा क्रिमिनल आ, ते इह गुरद्वारे च वी कोई वारदात कर सकदे आ, जां गुरद्वारे गुरु ग्रंथ साहिब दे सामणे इत्थे अतवादी इकट्ठे हो सकदे आ, इत्थे गैंगस्टर मेरे नाल मीटिंग कर सकदे आ, जां होर कुछ कर सकदे आ, इत्थों जिथे मर्जी एक एक पैसे का हिसाब लै लैन प्रॉपर्टी का, मैनूं लिख के नोट्स देण जां जिथे मैं इहनां नूं जवाब देना। 2 किले जमीन मैं लई ते 5.5 किले जमीन मेरी प्यो दी मैं अपने दी बेची सी, ते उदू बाद ही कई थाई उल्ट पुल्ट कीता, बदले उत्थों बदल के पिंडों आए अतवाद दे दिनां दे मारे, उत्थे ढाणी ते मेरा भतीजा छोटा जिहा मर गया, मेरे भरा दीआं मावां बूआं तोड़ियां उन्हां उह घर छड्ड के मेंटल हो गया भज गया, ते इह हुण मैनूं समझ नहीं आउंदी भी की चाहुंदे आ साडे तों। इह पुलिस जिहड़ी आ इन्ना ਸਾਡੇ ਤਾਂ ਆ ਜੇ ਪੋਸਟਮਾਰਟਮ ਵੀ ਦੁਬਾਰਾ ਜਾਂ ਮਾੜੀ ਮੋਟੀ ਸੁਣਵਾਈ ਹੋਈ ਆ ਤਾਂ ਉਹ ਵੀ ਤੁਹਾਡੇ ਮੀਡੀਆ 'ਚ ਲੋਕਾਂ ਨਾਲ ਸਾਡੀ ਹੋਈ ਆ, ਅਤੇ ਉਹ ਵੀ ਰਿਪੋਰਟ ਦੇ ਵਿੱਚ ਇੱਕ ਡਾਕਟਰ ਲਿਖਣ ਡਿਆ ਜਿਹੜਾ ਵੀ ਸੱਟਾਂ ਲੱਗੀਆਂ ਨੇ ਜਿੰਦਿਆਂ ਨੂੰ ਲੱਗੀਆਂ ਨੇ ਪਰ ਇਹ ਫਿਜੀਕਲ ਟਾਰਚਰ ਨਾਲ ਨਹੀਂ ਲੱਗੀਆਂ, ਅਤੇ ਸਾ ਮੇਰੇ ਪਰਿਵਾਰ ਨਾਲ ਅਤੇ ਹੋਰ ਕੋਈ ਜਿਹੜੇ ਬੱਚਿਆਂ ਨਾਲ ਛੋਟੇ ਬੱਚੇ ਨਾਲ ਪੜ੍ਹਦੇ ਪੁੱਢੇ ਰਹੇ ਆ, ਉਹ ਕੋਈ ਦਵਾਈ ਲਿਆਉਂਦਾ ਕਿਸੇ ਨੂੰ ਕੁਛ ਮੰਗਾਉਂਦੇ ਆ, ਇਹ ਉਹਨਾਂ ਨੂੰ ਵੀ ਡਰਾਉਂਦੇ ਧਮਕਾਉਂਦੇ ਆ, ਅਤੇ ਇਹ ਕਰਕੇ ਮੈਂ ਤੁਹਾਡੇ ਰਾਹੀਂ ਇਹਨਾਂ ਨੂੰ ਦੱਸਦਾ ਵੀ ਜਿਹੜੇ ਮੁੰਡੇ ਚੱਕਣੇ ਜਿਹਾ ਤੂੰ ਤਾਂ ਤੁਹਾਨੂੰ ਇੰਨੀ ਲਾਉਣ ਦੀ ਚੱਕਣ ਦੀ ਲੋੜ ਹੀ ਨਹੀਂ, ਜਿਹੜੇ ਮੇਰੇ ਘਰ ਜਾਂ ਸੰਪਰਕ 'ਚ ਮੈਨੂੰ ਦੱਸ ਦਿਓ, ਲਿਸਟ ਬਣਾ ਕੇ ਦੇ ਦਿਓ, ਮੈਂ ਮੁੰਡੇ ਉੱਥੇ ਲੈ ਆਉਣਾ ਤੁਹਾਡੇ ਜਿੱਥੇ ਵੀ ਆ, ਜਿਹੜੀ ਉਹਨਾਂ ਨੂੰ ਗੋਲੀ ਮਾਰਨੀ ਹੈ ਮਾਰ ਦਿਓ, ਅਤੇ ਡਰਾ ਧਮਕਾ ਕੇ ਕਿਸੇ ਬੱਚੇ ਨੂੰ ਹੋਰ ਭਜਾਉਣਗੇ, ਭਜਾ ਕੇ ਮੁੜ ਕੇ ਉਹਨੂੰ ਸ਼ੂਟ ਕਰਨਗੇ, ਇਹਨਾਂ ਦਾ ਤਾਂ ਸਹਿ ਦਾ ਅਤੇ ਸ਼ਿਕਾਰੀਆਂ ਵਾਲਾ ਵਾ ਵੀ ਜੇ ਸ਼ਿਕਾਰ ਹੋਊਗਾ ਤਾਂ ਖੇਡਾਂਗੇ ਫਿਰ ਹੀ ਆਪਾਂ। ਤੁਹਾਨੂੰ ਕਿਉਂ ਲੱਗਦਾ ਵੀ ਸ਼ੂਟ ਕਰ ਲੈਂਦੇ ਇਹ ਪੁਲਿਸ ਸਾਹਿਬ? ਉਸ ਤੋਂ ਬਾਅਦ ਜਦੋਂ ਭਜਾ ਦਿੰਦੇ ਆ ਮੁੰਡੇ ਨੂੰ, ਬਿਜਲੀਆਂ ਲਾਉਂਦੇ ਆ, ਚੱਡੇ ਪਾੜਦੇ ਆ, ਬੱਚੇ ਡਰਦੇ ਭੱਜ ਜਾਂਦੇ ਆ, ਕੁੱਟ ਤੋਂ ਡਰਦੇ ਭੱਜ ਜਾਂਦੇ ਆ, ਮੁੜ ਕੇ ਇਹਨਾਂ ਨੂੰ ਫਿਰ ਮੌਕਾ ਮਿਲ ਜਾਂਦਾ, ਉਹਨਾਂ ਦੇ ਕੇਸ ਪਾਈ ਜਾਂਦੇ ਆ, ਕਿਤੇ ਵਾਰਦਾ ਧੋ ਗਈ ਭਗੌੜੇ 'ਤੇ ਪਾਤੀ, ਕਿਤੇ ਹੋ ਗਈ ਨਾ, ਤਾਂ ਉਹਦੇ ਵਾਰਸ ਕਹਿ ਸਕਦੇ ਆ ਵੀ ਇਹਨੇ ਨਹੀਂ ਕੀਤਾ, ਨਾ ਉਹ ਆਪ ਸਾਹਮਣੇ ਫੇਸ ਕਰ ਸਕਦਾ, ਅਤੇ ਉੱਤੇ ਕੇਸਾਂ ਦੀ ਲੜੀ ਬਣਾਉਣ ਦੇ ਫਿਰ ਮਾਰ ਦਿੰਦੇ ਆ, ਉਹਦੇ ਨਾਲ ਇਹਨਾਂ ਦੀ ਬੱਲੇ ਬੱਲੇ ਹੋ ਜਾਂਦੀ ਹੈ। ਹੁਣ ਇਲੈਕਸ਼ਨਾਂ ਨੇੜੇ ਨੇ, ਹੁਣ ਇਹਨਾਂ ਇਹ ਹੀ ਪਲੈਨ ਬਣਾਇਆ ਵੀ ਚਲੋ ਇਹਨੂੰ ਜੈਪਾਲ ਨੂੰ ਮਾਰ ਦਿਓ, ਕੇਸ ਪਾ ਪਾ ਕੇ ਐਡਾ ਵੱਡਾ ਗੈਂਗਸਟਰ ਕੀਤਾ ਸੀ, ਸਾਰੇ ਸ਼ਹਿਰ ਨੂੰ ਪੁੱਛ ਲਓ ਵੀ ਕਿੱਡਾ ਕੋ ਬਦਮਾਸ਼ ਸੀ ਅਤੇ ਕਿਹੜਾ ਗੈਂਗਸਟਰ ਸੀ, ਇਹਨਾਂ ਕੋਈ ਜਾਨ ਬਚਾ ਕੇ ਲੁਕਿਆ ਸੀ ਅਤੇ ਇਹਨਾਂ ਉੱਥੇ ਲੱਭ ਕੇ ਮਾਰਤਾ, ਟਰੇਸ ਹੋ ਗਿਆ ਕਰਕੇ 2-3 ਦਿਨ ਪਹਿਲਾਂ ਇਹਨਾਂ ਉੱਥੋਂ ਟਰੇਸ ਕੀਤਾ, ਟਰੇਸ ਕਰਕੇ ਅਤੇ ਉਹਨੂੰ ਟਾਰਚਰ ਕਰਕੇ ਵੱਢ ਵੱਢ ਕੇ ਮਾਰਿਆ, ਜਿਵੇਂ ਪੁਰਾਣੇ ਟਾਈਮ 'ਚ ਸੁਣਦੇ ਆਉਂਦੇ ਆ ਵੀ ਕੱਟ ਕੇ ਉਹਦੇ ਪੀਸ ਤੱਕ ਕੀਤੀ, ਅਤੇ ਡਾਕਟਰ ਦੇਖੋ ਕੀ ਲਿਖਣ ਡਿਆ, ਕੋਈ ਇੱਥੇ ਨਿਆਂ ਹੈ? ਤੁਸੀਂ ਹੁਣ ਕੋਈ ਕੋਰਟ ਦਾ ਵੀ ਰੁੱਖ ਕਰੋਗੇ, ਇਸ ਕੇਸ ਦਾ ਰੁੱਖ ਕਰੋਗੇ ਅੱਗੋਂ? ਮੈਨੂੰ ਤਾਂ ਆ ਹੀ ਨਹੀਂ ਆਉਂਦਾ ਵੀ ਇਹ ਚਾਹੁੰਦੇ ਕੀ ਆ, ਇਹ ਸਰਕਾਰ ਹੈ ਅਕਸਰ ਕੈਪਟਨ ਜਿਹੜਾ ਇਹਦੇ ਅੰਦਰ ਗ੍ਰਹਿ ਮਹਿਕਮਾ ਵਾ, ਇਹ ਮੁੱਖ ਮੰਤਰੀ ਆ, ਇੱਕ ਅੰਦਰ ਵੜ ਕੇ ਐਡੇ ਵੱਡੇ ਹਾਊਸ ਦੇ ਇੱਕ ਰਾਜਾ ਬੈਠਾ, ਅਤੇ ਮੈਨੂੰ ਤਾਂ ਇਹ ਨਹੀਂ ਪਤਾ ਵੀ ਇਹਦੀ ਕਮਾਂਡ ਕੌਣ ਕਰ ਰਿਹਾ, ਗੁਰਦੁਆਰਿਆਂ ਦੇ ਚਾਰ ਚਫੇਰੇ ਇੰਨੀ ਪੁਲਿਸ ਲਾਉਣ ਦਾ ਕੀ ਮੋਟਿਵ ਆ? ਅਸੀਂ ਆਪਣੇ ਬੱਚੇ ਦੀ ਭੋਗ ਪਾਉਣ ਡਏ ਹਾਂ, ਅਤੇ ਉੱਥੇ ਵੀ ਜਿਹੜੇ ਚਾਰ ਚਫੇਰੇ ਪੁਲਿਸ ਲਾਈ ਜਾਂਦੀ ਹੈ, ਡਰਾਇਆ ਧਮਕਾਇਆ ਜਾਂਦਾ, ਚਿੱਟੇ ਕੱਪੜਿਆਂ 'ਚ ਪੁਲਿਸ ਵਾਲੇ ਜਿਹੜੇ ਆ ਲੋਕਾਂ ਨੂੰ ਤਲਾਸ਼ੀਆਂ ਲੈਂਦੇ ਆ, ਵਰਦੀ 'ਚ ਗੱਡੀਆਂ ਸਰ ਲਾਈਆਂ ਜਾਂਦੀਆਂ ਵੀ ਪੁਲਿਸ ਦਾ ਬਹੁਤ ਪਹਿਰਾ, ਇੱਥੇ ਮੇਰੇ ਘਰ ਮਰਗ 'ਤੇ ਬੈਠਿਆਂ ਲੋਕਾਂ ਨੂੰ ਕਿਹਾ ਜਾਂਦਾ ਵੀ ਮੁੰਡੇ ਚੱਕ ਲੈਣੇ ਆ ਜੀ, ਅਤੇ
ਮੈਨੂੰ ਬਹੁਤ ਪਰੇਸ਼ਾਨੀ ਹੈ ਅਤੇ ਦੁੱਖ ਵੀ ਹੈ ਵੀ ਇਹ ਕਿਹੋ ਜਿਹਾ ਰਾਜ ਹੈ ਅਤੇ ਕੀ ਇਹ ਸੋਚਦੇ ਆ ਵੀ ਬਿਲਕੁਲ ਜੇ ਉਹਦਾ ਕਤਲ ਕਰਤਾ ਤਾਂ ਏਡੀ ਇਹਦੇ ਸਾਨੂੰ ਵੀ ਮਾਰ ਦੇ, ਏਡੀ ਜਲਾਲਤ ਨਾਲ ਉਹ ਤਾਂ ਸਾਨੂੰ ਗੋਲੀਆਂ ਹੀ ਮਾਰਦੇ ਜਿਹੜੇ ਅਸੀਂ ਕੋਈ ਇੱਕ ਦੋ ਜੀਵ ਬਚੇ ਹਾਂ। ਮਤਲਬ ਸਾਹਿਬ ਅੰਮ੍ਰਿਤ ਜਦੋਂ ਆਇਆ ਸੀਗਾ ਜੇਲ੍ਹ ਤੋਂ ਸੰਸਕਾਰ ਉੱਥੇ, ਉਹਨੇ ਕਿਹਾ ਸੀਗਾ ਕਿ ਇਹ ਮੈਨੂੰ ਵੀ ਮਾਰ ਦੇਣਗੇ, ਅੰਮ੍ਰਿਤ ਨੇ ਵੀ ਇਹ ਗੱਲ ਜਿਹੜੇ ਸਵਾਲ ਸੀ ਉੱਥੇ ਚੱਕੇ ਤਾਂ ਇਕੱਲੇ ਅੰਮ੍ਰਿਤ ਨੂੰ ਨਹੀਂ, ਇਹ ਕਈਆਂ ਨੂੰ ਮਾਰਨਗੇ। ਇਹ ਤਾਂ ਮੈਨੂੰ ਕੱਲ੍ਹ ਪਰਸੋਂ ਕੋਈ ਦੱਸ ਰਿਹਾ ਸੀ ਵੀ ਕੈਪਟਨ ਸਾਹਿਬ ਨੇ ਜਵਾਬ ਇੱਕ ਕਿਹਾ ਵੀ ਇੱਕ ਵਰਾਂ ਦੋ ਵਰਾਂ ਅਤੇ ਤੀਜੀ ਵਰਾਂ ਸ਼ੂਟ ਕਰ ਦਿਓ, ਅਤੇ ਨਾਲ ਕਹਿ ਤਾ ਵੀ ਨਸ਼ੇ ਵਾਲਿਆਂ। ਹੁਣ ਤੁਸੀਂ ਜੇਲ੍ਹਾਂ 'ਚ ਜਾ ਕੇ ਦੇਖ ਲਓ, ਜੇਲ੍ਹਾਂ 'ਚ 99% ਉਹ ਲੋਕ ਨੇ ਜਿਹੜੇ ਨਸ਼ਾ ਕਰਦੇ ਨੇ। ਕਈ ਨਸ਼ੇ ਦੇ ਮਾਰੇ ਲੋਕ ਜਿਹੜੇ ਆ ਕੋਈ ਦੋ ਪੁੜੀਆਂ ਲਈਆਂ ਜਾਂ ਕੋਈ ਨਸ਼ਾ ਲਿਆ ਅਤੇ ਮਾੜਾ ਮੋਟਾ ਵੇਚ ਲੈਂਦੇ ਆ ਮੁੱਖ ਸੇਲਰਾਂ ਤੋਂ। ਕਦੀ ਜਿਹੜੇ ਮੁੱਖ ਸੇਲਰ ਆ ਉਹ ਆਇਆ ਉਹ ਇਹਨਾਂ ਦੇ ਲੋਕ ਨੇ, ਪਹਿਲਾਂ ਹੋਰ ਪਾਰਟੀ ਦੇ ਸਨ। ਇਹਨਾਂ ਨੇ ਵੰਡਿਆ ਵੀ ਰੇਤਾ ਕਿਹਨੂੰ ਦੇਣਾ, ਨਸ਼ਿਆਂ ਦਾ ਕੰਮ ਕਿਹਨੂੰ ਦੇਣਾ, ਉਹ ਕਿਹਨੂੰ ਦੇਣਾ। ਉਹ ਆਪੋ ਆਪਣਾ ਉਹ ਪਾਰਟੀਆਂ ਜਿਹੜੀਆਂ ਨੇ ਉਹ ਉੱਤੇ ਕਬਜ਼ਾ ਕਰ ਲੈਂਦੀਆਂ ਨੇ। ਕਦੀ ਹਾਈ ਸਕੇਲ 'ਚ ਨਸ਼ਾ, ਇੰਨਾ ਨਸ਼ਾ ਪੰਜਾਬ 'ਚ ਹੁੰਦਾ, ਕਦੀ ਹਾਈ ਸਕੇਲ ਜੇ ਪੰਜਾਬ ਪੁਲਿਸ ਨੇ ਫੜਿਆ ਅਤੇ ਇੱਕ ਮੇਰੇ ਵਰਗੇ ਬੰਦੇ ਨੂੰ ਉਹਦਾ ਮੁੰਡਾ ਮਾਰ ਕੇ, ਅਤੇ ਮੇਰੇ ਲਈ ਤਾਂ ਪੁਲਿਸ ਇੰਨੀ ਹੈਗੀ ਆ ਅਤੇ ਬਾਕੀ ਥਾਂ ਥਾਂ ਨਸ਼ਾ, ਕਿਉਂ ਇਹ ਖੁਦ ਪੈਸੇ ਲੈਂਦੇ ਨੇ, ਤਾਂ ਤੱਕ ਪੈਸਾ ਜਾਂਦਾ, ਵੇਚਣ ਵਾਲੇ ਲੋਕ ਐਡਵਾਂਸ ਇਹਨਾਂ ਨੂੰ ਮਹੀਨਾ ਦਿੰਦੇ, ਤੁਸੀਂ ਜਾਣਦੇ ਹੋ ਸਾਰੇ। ਮੈਂ ਜੋ ਬੋਲ ਰਿਹਾ ਤੁਸੀਂ ਨਿੱਜੀ ਤੌਰ 'ਤੇ ਸਾਰੇ ਜਾਣਦੇ ਹੋ, ਤੁਸੀਂ ਇੱਥੋਂ ਦੇ ਰਹਿਣ ਵਾਲੇ ਵੀ ਕੀ ਹੁੰਦਾ। ਅਤੇ ਜਿਹੜੇ ਲੋਕ ਮਹੀਨਾ ਭਰ ਕੇ ਵੇਚਦੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਜੇ ਕੋਈ ਚੋਰੀ ਛਿਪੇ ਉਹਦੇ ਉੱਤੇ ਪਰਚਾ ਪੈ ਜਾਂਦਾ, ਜਾਂ ਉਹਨਾਂ 'ਚੋਂ ਕੋਈ ਮਹੀਨਾ ਨਹੀਂ ਦਿੰਦਾ ਘੱਟ ਦਿੰਦਾ ਉਹਦੇ 'ਤੇ ਕੇਸ ਪੈ ਜਾਂਦਾ। ਹੁਣ ਤੁਸੀਂ ਪੋਸਟਮਾਰਟਮ ਰਿਪੋਰਟ ਨੂੰ ਬੇਸ ਬਣਾ ਕੇ ਹਾਈਕੋਰਟ ਜਾਓਗੇ? ਇਕੱਲੀ ਪੋਸਟਮਾਰਟਮ ਰਿਪੋਰਟ ਨਹੀਂ, ਹੋਰ ਵੀ ਬੜੇ ਇਹ ਆ ਹੋਣਗੇ। ਇਕੱਲੀ ਪੋਸਟਮਾਰਟਮ ਰਿਪੋਰਟ ਕੋਰਟ 'ਚ ਜਾਓਗੇ, ਕਿਹੜਾ ਕੋਰਟ ਦਾ ਰੁੱਖ? ਜਿਹੜੀ ਵੀ ਕੋਰਟ ਹੋਏਗੀ, ਜਿਹੜੀ ਕੋਰਟ ਲੋਇਰ ਨਾਲ ਰਹਿ ਕਰਕੇ ਉਸੇ 'ਚ ਜਾਵਾਂਗੀ ਅਤੇ ਮੈਂ ਜ਼ਰੂਰ ਜਾਊਂਗਾ। ਅੱਛਾ, ਇੱਕ ਤੁਸੀਂ ਪੁਲਿਸ 'ਤੇ ਜਿਹੜਾ ਸਵਾਲ ਖੜਾ ਕਰ ਰਹੇ ਹੋ, ਸਿਰਫ ਅੱਜ ਜਿਹੜਾ ਗੁਰਦੁਆਰੇ ਦੇ ਆਸ ਪਾਸ ਪੁਲਿਸ ਲਗਾਈ ਉਹਨੂੰ ਲੈ ਕੇ ਕਹਿ ਰਹੇ ਹੋ ਜਾਂ ਇਸ ਤੋਂ ਇਲਾਵਾ ਵੀ ਕੋਈ ਫੋਨ? ਨਹੀਂ ਜੀ, ਪਹਿਲੇ ਦਿਨ ਤੋਂ ਹੀ ਪੁਲਿਸ ਜਿਹੜੀ ਹੈ ਤੁਹਾਡੇ ਸਾਹਮਣੇ, ਜਿੱਦਣ ਦਾ ਉਹਦਾ ਕਤਲ ਹੋਇਆ ਉੱਦਣ ਤੋਂ ਹੀ ਪੁਲਿਸ ਇਹ ਕੰਮ ਕਰ ਰਹੀ ਹੈ ਅਤੇ ਲਗਾਤਾਰ ਜਾਰੀ ਹੈ ਅਤੇ ਪੁਲਿਸ ਕਦੀ ਵੀ ਨਹੀਂ ਹਟੀ ਇਸ ਕੰਮ ਤੋਂ। ਕਈ ਵਾਰ ਵਰਦੀ ਤੋਂ ਛੁਪਾਉਣ ਲਈ ਇੱਥੇ ਪੱਤਰਕਾਰਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ, ਤੁਸੀਂ ਸੁਣਿਆ ਹੀ ਆ, ਇੱਥੇ ਤੁਹਾਡੇ ਸਾਹਮਣੇ ਰਿਪੋਰਟਰਾਂ ਨੇ ਕਿਹਾ ਕੀ ਹੋਇਆ ਅਤੇ ਇਹ ਜਾਰੀ ਹੈ। ਕਈ ਵਾਰ ਇਹ ਆ ਵੀ ਉਹ ਛਪਾਉਣ ਲਈ ਸਿਵਲ 'ਚ ਕੀਤਾ ਜਾਂਦਾ, ਪਹਿਲੇ ਦਿਨ ਤੋਂ ਹੀ ਇਹ ਕਰ ਰਹੇ ਆ ਅਤੇ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਮੇਰੇ 'ਤੇ ਕੀ ਕਰ ਰਹੇ ਆ। ਮੈਂ ਅੱਤਵਾਦੀ ਹਾਂ, ਮੈਂ ਗੈਂਗਸਟਰ ਹਾਂ, ਜਦੋਂ ਉਹਨੂੰ ਇਹਨਾਂ ਮਾਰਤਾ ਤਾਂ ਮੇਰੇ 'ਤੇ ਗੱਲ ਹੀ ਕਰਦੇ ਆ, ਕਿਉਂ ਵੀ ਮੈਂ ਆਵਾਜ਼ ਨਾ ਉਠਾਵਾਂ। ਜਿਵੇਂ ਇਹਨਾਂ ਨੂੰ ਕਹਾਂ ਵੀ ਸ਼ਾਬਾਸ਼, ਬਹੁਤ ਚੰਗਾ ਕੀਤਾ ਤੁਸੀਂ, ਮੇਰਾ ਮੁੰਡਾ ਮਾਰਿਆ ਖਤਮ ਕਰਤਾ ਦੇ, ਦੂਜਿਆਂ ਨੂੰ ਵੀ ਮਾਰੋ, ਫਿਰ ਇਹ ਖੁਸ਼ ਆ, ਫਿਰ ਮੈਨੂੰ ਵੀ ਪਾਰਟੀ 'ਚ ਕੋਗਦਾ ਦੇਣਗੇ, ਆਓ ਜੀ ਮੇਰੇ ਗੱਲ 'ਚ ਵੀ ਹਾਰ ਪਾ ਦੇਣਗੇ। ਅਤੇ ਜੇ ਮੈਂ ਮੈਨੂੰ ਦੱਸਿਆ, ਮੈਨੂੰ ਮੀਡੀਆ ਨੇ ਦੱਸਿਆ, ਮੈਨੂੰ ਲੋਕਾਂ ਨੇ ਉੱਥੇ ਦੱਸਿਆ ਵੀ ਇਹ ਬਿਲਕੁਲ ਫੇਕ ਇਨਕਾਊਂਟਰ ਆ, ਫਿਰ ਵੀ ਉਨ੍ਹਾਂ ਚਿਰ ਜਿੰਨਾ ਚਿਰ ਮੈਂ ਕੋਈ ਸਬੂਤ ਨਹੀਂ ਆ, ਮੈਂ ਨਹੀਂ ਬੋਲਿਆ, ਮੈਂ ਮੂੰਹ ਨਹੀਂ ਖੋਲਿਆ ਉੱਥੇ ਵੀ, ਅਤੇ ਮੈਨੂੰ ਇਹਨਾਂ ਲਾਸ਼ ਨਹੀਂ ਦਿਖਾਈ, ਮੈਨੂੰ ਪੋਸਟਮਾਰਟਮ ਰਿਪੋਰਟ ਨਹੀਂ ਦਿੱਤੀ, ਮੈਨੂੰ FIR ਨਹੀਂ ਦਿੱਤੀ, ਪੈਕ ਕਰਕੇ ਬਾੜੀ ਦਿੱਤੀ, ਜੋ ਬਾੜੀ ਖੋਲ੍ਹੀ ਮੈਂ ਵੇਖਿਆ ਅਤੇ ਫਿਰ ਮੈਂ ਬੋਲਿਆ। ਅਤੇ ਮੇਨ ਤਾਂ ਇਹ ਆ ਵੀ ਇਹ ਮੇਰੀ ਆਵਾਜ਼ ਕੀ ਵੀ ਮੈਂ ਉਹਦੀ ਪੈਰਵਾਈ ਨਾ ਕਰ ਸਕਾਂ, ਕਿਉਂਕਿ ਵੱਡੇ ਅਫਸਰਾਂ ਨੇ ਹੁਕਮਰਾਨਾਂ ਦੇ ਕਹਿ 'ਤੇ ਹੀ ਮਰਡਰ ਕੀਤਾ ਅਤੇ ਇਹਨਾਂ ਨੂੰ ਇਸ ਗੱਲ ਦਾ ਡਰ ਆ ਵੀ ਜੇ ਇਹ ਪੈਰਵਾਈ ਕਰੂਗਾ ਤਾਂ ਕੇਸ 'ਚ ਫਸ ਸਕਦੇ ਆ, ਇਸ ਕਰਕੇ ਇੰਨਾ ਇਹ ਆ ਵੀ ਇਹਦੇ 'ਤੇ ਇਹ ਕਰੋ ਜਾਂ ਮੈਨੂੰ ਝੂਠੇ ਕੇਸਾਂ 'ਚ ਫਸਾਉਣ ਦੀ ਕੋਸ਼ਿਸ਼ ਕਰਨਗੇ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ,
ਲਈ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ